ਨਹੀਂ ਆਹ ਤਾਂ ਸੇਮ ਪੈਟਰਨ ਨਾਲ ਹੀ ਕਰਨਾ, ਇਹ ਨਹੀਂ ਕਰਨਾ ਤੁਸੀਂ। ਦੇਖੋ ਅਸਾਈਨਮੈਂਟ ਜਿਹੜੀ ਹੈ ਨਾ ਮੂਵਮੈਂਟ ਆਫ ਇਨਰਸ਼ੀਆ ਵਾਲੀ ਅੱਜ ਦਿੱਤੀ ਤੁਹਾਨੂੰ, ਸੋ ਇਹਦੇ ਕੁਐਸਚਨ ਤਾਂ ਆਪਾਂ ਕਲਾਸ ਕੀਤੇ ਸੀਗੇ, ਈਜ਼ੀ ਹੈ, ਇਹਨਾਂ 'ਚ ਕੋਈ ਮੁਸ਼ਕਲ ਕੰਮ ਨਹੀਂ ਹੈ। ਧਿਆਨ ਦੇਈਓ ਜਿੱਦਾਂ ਹੁਣ ਫਸਟ ਕੁਐਸਚਨ ਹੀ ਹੈ, ਸਿਸਟਮ ਕਿੰਨੇ ਪਾਰਟੀਕਲਸ ਦਾ ਬਣਿਆ, 4 ਦਾ ਹੈ ਨਾ, ਤੋ ਐਕਸਿਸ ਆਫ ਰੋਟੇਸ਼ਨ ਕਿਹੜੀ ਕਿਹੜੀ ਹੈ, ਇੱਕ ਏ ਬੀ ਹੈ, ਇੱਕ ਏ ਸੀ ਹੈ। ਜਿਹੜੀ ਏ ਬੀ ਐਕਸਿਸ ਹੈ ਨਾ, ਆ ਦੇਖਿਓ ਇਹਦਾ ਹਿੰਟ ਹੈ, ਉਹ ਆ ਨੋਟ ਕਰ ਲਓ, ਹਿੰਟ ਸਾਰੇ ਕੁਐਸਚਨ ਸੇਮ ਪੈਟਰਨ ਵਾਲੀ ਹੈ, ਮੁਸ਼ਕਿਲ ਨਹੀਂ ਹੈ ਬਿਲਕੁਲ ਵੀ, ਬੇਸਿਕਸ ਹੈ ਬਹੁਤ। ਤੋ ਅਸਾਈਨਮੈਂਟ ਮੂਵਮੈਂਟ ਆਫ ਇਨਰਸ਼ੀਆ ਦੀ ਜੋ ਆ ਦੇਖੋ ਕਿ ਜਿਸ ਤਰ੍ਹਾਂ ਆ ਉਹਨੇ ਪੈਟਰਨ distribution of masses A B C ਤੇ D, ਤੇ ਮਾਸ ਹੈ small m small m small m ਤੇ small m ਹੈ ਨਾ। ਉਹਨੇ ਐਕਸਿਸ ਆਫ ਰੋਟੇਸ਼ਨ ਕਿਹਾ ਕਿਹੜੀ ਲਾਈਨ ਨੂੰ, ਏ ਬੀ ਕਿਹਾ, ਫਿਰ ਮੈਂ ਇੱਕ ਲੈ ਲੈਣਾ, ਦੱਸੋ ਕਿਹੜੀ ਲੈ ਲਈਏ, ਏ ਸੀ ਲੈ ਲਓ। ਹੁਣ ਜਦੋਂ ਏ ਸੀ ਕਿਹਾ ਨਾ ਇੱਧਰ, ਤੋ ਮੂਮੈਂਟ ਆਫ ਇਨਰਸ਼ੀਆ ਅਬਾਊਟ ਏ ਸੀ, ਤੋ ਆਹ ਫਸਟ ਹੈ, ਆਹ ਸੈਕਿੰਡ ਹੈ, ਆਹ ਥਰਡ ਹੈ, ਨੰਬਰਿੰਗ ਜਿੱਦਾਂ ਮਰਜ਼ੀ ਕਰੋ, ਉਹਦਾ ਕੋਈ ਡੈਫੀਨੇਟ ਨਹੀਂ ਹੈ ਵੀ ਇਹਨੂੰ 1 ਕਹਿਣਾ 2 ਕਹਿਣਾ। ਹੁਣ ਮੂਮੈਂਟ ਆਫ ਇਨਰਸ਼ੀਆ ਕੀ ਹੁੰਦਾ, ਪਾਰਟੀਕਲ ਦਾ ਮਾਸ ਇੰਟੂ ਸਕੇਅਰ ਆਫ ਪਰਪੈਂਡੀਕੁਲਰ ਡਿਸਟੈਂਸ। ਹੁਣ ਪਹਿਲਾ ਪਾਰਟੀਕਲ ਤਾਂ ਐਕਸਿਸ ਦੇ ਉੱਪਰ ਹੀ ਹੈ, ਇਸ ਕਰਕੇ ਜਿਹੜਾ ਦੂਸਰਾ ਪਾਰਟੀਕਲ ਹੈ ਉਹਦਾ ਪਰਪੈਂਡੀਕੁਲਰ ਡਿਸਟੈਂਸ ਕੋ ਤਾਂ ਆਣਾ ਵਾ ਬੇਸਿਕਲੀ, ਦਿਸ ਇਜ਼ ਪਰਪੈਂਡੀਕੁਲਰ। ਹੁਣ ਏ ਸਕੁਅਰ ਹੈ ਨਾ ਕਿ ਨਹੀਂ, ਜੋ ਮਰਜ਼ੀ ਹੋਵੇ, ਜੇ ਸਕੁਅਰ ਹੈ ਤਾਂ ਦੋਨੋਂ ਸਾਈਡ ਐਲ ਐਲ ਹੈ, ਆਹ ਕੀ ਹੋ ਗਈ ਪੂਰੀ ਸਾਈਡ ਰੂਟ 2 L, ਆਹ ਕੀ ਹੋ ਗਿਆ ਫਿਰ ਰੂਟ 2 L ਦਾ ਹਾਫ, ਮਤਲਬ ਮੈਥ ਆ ਗਿਆ ਕਿ ਨਹੀਂ। ਸੋ ਸੈਕਿੰਡ ਪਾਰਟੀਕਲ ਦਾ ਪਰਪੈਂਡੀਕੁਲਰ ਡਿਸਟੈਂਸ L / √2 ਹੈ, ਤੋ ਉਹਦਾ ਮੂਮੈਂਟ ਆਫ ਇਨਰਸ਼ੀਆ M ਇੰਟੂ ਪਲੱਸ ਥਰਡ ਪਾਰਟੀਕਲ ਕਿੱਥੇ ਹੈ, ਫੋਰਥ ਦਾ ਵੀ ਸੇਮ, ਠੀਕ ਹੈ। ਤੋ ਮੂਮੈਂਟ ਆਫ ਇਨਰਸ਼ੀਆ ਇਹ ਡਿਸਕ੍ਰੀਟ ਸਿਸਟਮ ਹੈ, ਡਿਸਕ੍ਰੀਟ ਸਿਸਟਮ ਦੇ ਵਿੱਚ ਹਰ ਪਾਰਟੀਕਲ ਦਾ ਮਾਸ ਤੇ ਹਰ ਪਾਰਟੀਕਲ ਦਾ
गिवन एक्सिस ऑफ रोटेशन तो परपेंडिकुलर डिस्टेंस द स्क्वायर नोट करके मल्टीप्लाई करना है, ध्यान रखना परपेंडिकुलर डिस्टेंस ना कि डिस्टेंस। तो ये चारों प्रॉब्लम्स बड़ी आसान है, इधर जो कुछ नहीं आना पेपर में, मतलब ये बहुत ही बेसिक्स है। क्वेश्चन नंबर फर्स्ट देखो, थ्योरम्स ऑफ मोमेंट ऑफ इनर्शिया एंड रेडियस ऑफ जायरेशन। और दृष्टि की बोल रही तू है, हाल में शुरू कराया, कल तो कराना, परसों ओदी स्पेशल क्लास होनी, जिन्ना ने करनी हो आ जानगी है ना, बाकी है आप ही कहने आना नहीं। कल तो शुरू होना, संडे तक खत्म होना, स्पेशल क्लास लगनी होगी। चलो क्वेश्चन नंबर वन देखो, थ्योरम्स ऑफ मोमेंट ऑफ इनर्शिया एंड रेडियस ऑफ जायरेशन। हाले रेडियस ऑफ जायरेशन नहीं किया अपन, इधर ही हो जाना न्यूमेरिकल जी नाल ही। आ देखो इधर फर्स्ट क्वेश्चन देखो, टी गिवन है, बड़ा इंपॉर्टेंट क्वेश्चन है, ये आना ही आना, देखो मूवमेंट ऑफ इनर्शिया वाला आना ना, वो देखिए आने दे पूरे चांसेस है। ये स्टेटमेंट कहता है एक स्क्वायर है, स्क्वायर की साइड कितनी है बी, स्क्वायर दे कॉर्नर ते चार स्फीयर्स है, देखो हर स्फीयर दा मास कितना वा, कैपिटल एम, ते डायमीटर 2a। तो आ मैं बनाने लगा पुत्र, चार स्फीयर्स कॉर्नर ते डायमीटर 2a है, ता रेडियस ए हो गया, फाइंड आउट की करना हाँ। देखो इस तो पहला जिधर न्यूमेरिकल सी जिधर क्या सी का बड़ा सौखा हुआ, उधर की सी का वो चुवी था स्क्वायर ही सी, और उधर स्क्वायर दे कॉर्नर दे की सी पार्टिकल सी, इतने स्फीयर है तो फर्क आ गया। और इधर अपन मूवमेंट ऑफ इनर्शिया निकालना अबाउट एनी वन ऑफ साइड, कोई साइड है तो आप कैसी साइड ले लिए, ए बी भी ले सकते, ए डी भी, मैं ए डी को प्रेफर कर लेना। लो
ਠੀਕ ਹੈ ਬੁੱਧ। ਹੁਣ ਗੱਲ ਸਮਝਣ ਵਾਲੀ ਪਤਾ ਕੀ ਇਹਦੇ ਵਿੱਚ, ਆਹ ਦੇਖਿਓ ਜਿਹੜਾ ਆਹ ਵਾਲਾ ਆਇਆ ਇਹ ਪਾਰਟੀਕਲ ਨਹੀਂ ਹੈ, ਇਹ ਕੀ ਹੈ ਸਫੀਅਰ ਹੈ। ਤੋ ਹੁਣ ਆਹ ਜਿਹੜਾ ਸਫੀਅਰ ਹੈ ਨਾ ਬੁੱਧ, ਉਹਦੇ ਲਈ ਆਹ ਵਾਲੀ ਲਾਈਨ ਕੀ ਬਣ ਗਈ ਉਸਦੀ, ਸੈਂਟਰੋਇਡਲ ਐਕਸਿਸ। ਸੈਂਟਰੋਇਡਲ ਐਕਸਿਸ ਦੇ ਅਬਾਊਟ ਸਫੀਅਰ ਦਾ ਮੂਵਮੈਂਟ ਆਫ ਇਨਰਸ਼ੀਆ 2/5 mr² ਆ ਗਿਆ, ਆ ਗਿਆ। ਤੋ ਜਿਹੜਾ ਪਹਿਲਾ ਸਫੀਅਰ ਹੈ ਨਾ, ਕਿਉਂਕਿ ਜਿਹੜੀ ਐਕਸਿਸ ਦੇ ਅਬਾਊਟ ਵੈਸਟਿੰਗ ਮੂਵਮੈਂਟ ਆਫ ਇਨਰਸ਼ੀਆ ਫਾਈਂਡ ਆਊਟ ਕਰਨ ਨੂੰ ਕਿਹਾ ਗਿਆ, ਉਹ ਐਕਸਿਸ ਪਹਿਲੇ ਸਫੀਅਰ ਦੀ ਸੈਂਟਰੋਇਡਲ ਹੈ, ਔਰ ਈਵਨ ਚੌਥੇ ਦੀ ਵੀ, ਪਹਿਲਾ ਦੂਸਰਾ ਤੀਸਰਾ ਚੌਥਾ, ਤੇ ਚੌਥੇ ਦੀ ਪਲੱਸ ਮੈਂ ਪਹਿਲਾ ਔਰ ਚੌਥਾ, ਇਹ ਤੁਸੀਂ ਨਹੀਂ ਲਿਖਣਾ ਇਹਦਾ ਪਹਿਲਾ ਚੌਥਾ ਜਿਹੜਾ ਮੈਂ ਹੈ ਨਾ, ਇੱਕੋ ਚੀਜ਼ ਹੀ ਹੈ, ਪਲੱਸ ਤੀਸਰਾ ਦੇ ਦੂਸਰਾ ਉਹ ਵੀ ਸੇਮ ਹੈ। ਹੁਣ ਦੂਸਰੇ ਵੱਲ ਧਿਆਨ ਦਿਓ, ਦੂਸਰਾ ਕੌਣ ਹੈ, ਸਫੀਅਰ ਹੀ ਹੈ ਨਾ, ਦੂਸਰੇ ਦੀ ਆਹ ਕੌਣ ਹੈ, ਪਰ ਆਪਾਂ ਕਿਹੜੀ ਐਕਸਿਸ ਦੇ ਬਾਊਟ ਕੱਢਣਾ, ਜਿਹੜੀ ਐਕਸਿਸ ਇਸ ਦੀ ਸੈਂਟਰੋਇਡਲ ਦੇ ਪੈਰਲਲ ਹੈ। ਇਹਦਾ ਮਤਲਬ ਸਾਨੂੰ ਇੱਥੇ ਪੈਰਲਲ ਐਕਸਿਸ ਫਿਰਮ ਲਗਾਣੀ ਪੈਣੀ, ਕਿੱਦਾਂ ਕਿ ਸੈਂਟਰੋਇਡਲ ਐਕਸਿਸ ਵਾਲਾ ਮੂਵਮੈਂਟ ਆਫ ਇਨਰਸ਼ੀਆ ਆਈਸੀ ਨੋਟ ਕਰਕੇ ਪਲੱਸ ਕੀ ਕਰਦੇ ਹੁੰਦੇ ਉਹ ਚ ਮਾਸ ਇਨਟੂ ਪਰਪੈਂਡੀਕੂਲਰ ਡਿਸਟੈਂਸ ਦਾ ਸਕੁਅਰ। ਆ ਕਿੰਨਾ ਡਿਸਟੈਂਸ ਹੈ, b ਸਾਫ ਲਿਖਿਆ ਤੋਂ mb ਸਕੁਅਰ, ਔਰ ਥਰਡ ਦਾ ਵੀ ਸੇਮ ਹੋਣਾ। ਦੇਖੋ ਇਹਨੂੰ ਕਿੰਨੇ ਨੂੰ ਪ੍ਰੋਬਲਮ ਆਈ ਇਹਦੇ ਚ, ਹੁਣ ਆ 1 2 3 4 ਇਕੱਠੇ ਕਰਤੇ ਔਰ ਆ 2 ਹੈ, ਲੋ ਠੀਕ ਹੈ। ਕੁਐਸਚਨ ਨੰਬਰ ਆ ਬਾਕੀ ਵੀ ਤੁਸੀਂ ਕਰਨੇ, ਥਰਡ ਫੋਰਥ ਨਹੀਂ ਕਰਨੇ, ਸੈਕਿੰਡ ਤਾਂ ਆਪਾਂ ਕੀਤਾ ਹੀ ਹੋਇਆ, ਧਿਆਨ ਦਿਓ। ਮੂਵਮੈਂਟ ਆਫ ਇਨਰਸ਼ੀਆ ਆਫ ਰੋਡ ਅਬਾਊਟ ਸੈਂਟਰੋਇਡਲ ਐਕਸਿਸ ਕਿੰਨਾ ਹੁੰਦਾ, 1/12 mr². ਸੈਕਿੰਡ ਕਿਹਦੇ ਕੱਢਣਾ,
ਬਾਹਰ ਨੈਟ ਦੇ ਜਿਹੜੀ ਥਿਊਰਮ ਲੱਗ ਜਾਣੀ ਲਾਈ ਸੀ ਨਾ ਆਪਾਂ ਕਲਾਸ 'ਚ ਡਿਸਕਸ ਕੀਤੀ ਸੀ ਜਦੋਂ 1/3 ਆ ਗਿਆ ਸੀ ਉਹ ਵਾਲਾ ਕੇਸ ਤੇ ਤੁਸੀਂ ਕਰਨਾ ਸਿਰਫ ਫਿਫਥ ਦੇਖੋ ਫਿਫਥ ਔਰ ਸਿਕਸਥ ਥਰਡ ਔਰ ਫੋਰਥ ਨਹੀਂ ਕਰਨਾ ਤੁਸੀਂ ਕਿਸੇ ਨੇ ਜਿਹੜੇ ਜਿਹਨਾਂ ਨੂੰ ਲੱਗ ਰਿਹਾ ਵੀ ਐਕਸਟਰਾ ਟੋਪਿਕਸ ਤੁਹਾਡੇ ਸਕੂਲ 'ਚ ਕਰਾਏ ਗਏ ਉਹ ਮੈਨੂੰ ਦੱਸ ਦਿਓ ਸਾਰੇ ਹੈ ਨਾ ਫਿਰ ਟਾਈਮ ਲਗਾ ਕੇ ਅਤੇ ਉਹਨਾਂ ਨੂੰ ਮੂਵ ਕਰ ਲੈਣ ਕਿਉਂਕਿ ਬਾਕੀਆਂ ਦੀ ਤਾਂ ਡੈਰੀਵੇਸ਼ਨ ਹੈ ਨਹੀਂ ਗੀਆਂ ਪ੍ਰੋਬਲਮ ਇੱਥੇ ਆ ਸਾਰੀ ਗੜਬੜ ਹੁੰਦੀ ਫਿਰ ਫੋਰ ਆਈਡੈਂਟੀਕਲ ਰੋਡਸ ਈਚ ਆਫ ਮਾਸ ਸਮਾਲ ਐਮ ਐਂਡ ਲੈਂਥ ਐਲ ਧਿਆਨ ਦਿਓ ਪੁੱਤ ਫਿਫਥ ਡਾਇਗ੍ਰਾਮ ਨੂੰ ਧਿਆਨ ਨਾਲ ਦੇਖੋ ਹਲੋ ਐਕਸ ਐਕਸਿਸ ਵਾਈ ਐਕਸਿਸ ਆ ਦੇਖਿਓ ਇੱਕ ਰੋਡ ਦੂਸਰੀ ਰੋਡ ਤੀਸਰੀ ਰੋਡ ਤੇ ਚੌਥੀ ਰੋਡ ਤੇ ਚਾਰ ਰੋਡਸ ਹੈ ਨਾ ਚਾਰਾਂ ਦੇ ਮਾਸਿਸ ਰੋਡਸ ਆ ਇਹ ਲਾਈਨ ਲੈਂਥ ਐਲ ਐਲ ਹੈ ਨਾ ਮੂਮੈਂਟ ਆਫ ਇਨਰਸ਼ੀਆ ਕਿਹੜੀ ਐਕਸਿਸ ਹੈ ਬਾਹੂ ਕੱਢਣਾ ਐਕਸ ਤੇ ਹਾਂ ਨਾ ਦੇਖੋ ਸਿੱਖ ਹੁਣ ਅਗਰ ਆ ਐਕਸਿਸ ਹੈ ਮੂਮੈਂਟ ਆਫ ਇਨਰਸ਼ੀਆ ਅਬਾਊਟ ਐਕਸ ਐਕਸਿਸ ਤੁਹਾਨੂੰ ਯਾਦ ਹੋਏਗਾ ਹੁਣ ਸਿਰਫ ਪੈਨ ਵੱਲ ਧਿਆਨ ਦਿਓ ਜਿਹੜਾ ਪੈਨ ਹੈ ਪੁੱਤ ਉਹ ਹੈ ਰੋਡ ਨੰਬਰ 1 ਆ ਹੈ ਐਕਸਿਸ ਰੋਡ ਦੀਆਂ ਤੁਹਾਨੂੰ ਦੱਸਿਆ ਸੀਗੀਆਂ ਰੋਡ ਕੀ ਕਈ ਹਰ ਬੋਡੀ ਦੀਆਂ ਕਈ ਸੈਂਟਰੋਇਡਲ ਐਕਸਿਸ ਹੁੰਦੀਆਂ ਯਾਦ ਹੈ ਜਿਹੜਾ ਰੋਡ ਦੀ ਸੈਂਟਰੋਇਡਲ ਐਕਸਿਸ ਅਸੀਂ ਲੈਨੇ ਆ ਉਹ ਕਿਹੜੀ ਹੁੰਦੀ ਜਿਹੜੀ ਉਹਦੀ ਲੈਂਥ ਦੇ ਪਰਪੈਂਡੀਕੂਲਰ ਹੁੰਦੀ ਹੈ ਪੈਰਲਲ ਨਹੀਂ ਸੈਂਟਰ ਚੋਂ ਤਾਂ ਲੰਘਣੀ ਹੈ ਪਰਪੈਂਡੀਕੂਲਰ ਟੂ ਲੈਂਥ ਹੁੰਦੀ ਹੈ ਨਾ ਤੇ ਇੱਕ ਯਾਦ ਹੋਏ ਵੀ ਆਪਾਂ ਰੋਡ ਦੇ ਕੇਸ ਦੱਸਿਆ ਸੀ ਵੀ ਰੋਡ ਦੇ ਅਲੋਂਗ ਵੀ ਇਹਦਾ ਐਕਸਿਸ ਹੁੰਦੀ ਸੈਂਟਰੋਇਡਲ ਉਹ 0 ਨਹੀਂ ਸੀ ਉਹ ਆਈ ਸੀ ਯਾਦ ਹੈ ਯਾਦ ਰੱਖਣੇ ਪੈਣੇ ਤੋ ਇਹਦਾ ਆਈ ਸੀ ਕੀ ਹੈ ਉਹ ਇਦਾਂ ਇਦਾਂ ਵਾਲੀ ਕਿਉਂ ਲੈਣੀ ਪੈ ਰਹੀ ਮੈਨੂੰ ਕਿਉਂਕਿ ਆਹ ਵਾਲੀ ਜਿਹੜੀ ਐਕਸਿਸ ਹੈ ਜਿਹਦੇ ਅਬਾਊਟ ਕੱਢਣਾ ਆਪਾਂ ਉਹ ਇਸ ਐਕਸਿਸ ਦੇ ਕੀ ਹੈ ਪੈਰਲਲ ਹੈ ਨਾ ਤੋ ਇਹਦਾ ਮਤਲਬ ਇਸ ਰੋਡ ਦਾ ਆਈ ਸੀ ਤਾਂ ਹੈ 0 ਪਰ ਇਹਨਾਂ ਦੋਨਾਂ ਦੇ ਵਿੱਚ ਪਰਪੈਂਡੀਕੂਲਰ ਡਿਸਟੈਂਸ ਕਿੰਨਾ ਚਲੋ ਇਹ ਪਹਿਲੀ ਰੋਡ ਵੱਲ ਖਤਮ ਹੋਇਆ ਕੰਮ ਹੁਣ ਇੱਧਰ ਆਓ ਦੂਜੀ ਵੱਲ ਸਟੈਪ ਬਾਈ ਸਟੈਪ ਕਰਨਾ ਪੈਣਾ ਆਹ ਦੂਸਰੀ ਰੋਡ ਹੈ ਪੁੱਤ ਜਦੋਂ ਇਸ ਸਿਸਟਮ ਨੇ ਇੱਦਾਂ ਘੁੰਮਣਾ ਹੈ ਤਾਂ ਆਹ ਜਿਹੜੀ ਐਕਸ ਐਕਸਿਸ ਹੈ ਇਸ ਰੋਡ ਦੇ ਲਈ ਇਹਦੀ ਲੈਂਥ ਦੇ ਪਰਪੈਂਡੀਕੂਲਰ ਰੋਡ ਕਿੱਥੋਂ ਲੰਘ ਰਹੀ
ਸੈਂਟਰ ਗੋਡੀਅਲ ਐਂਡ ਦੈਨ ਤੋ ਕਿੰਨਾ ਹੁੰਦਾ ਰੋਡ ਦਾ ਮੂਵਮੈਂਟ ਆਫ ਇਨਰਸ਼ੀਆ 1/3 ਠੀਕ ਹੈ ਪਲੱਸ ਤੀਸਰੀ ਰੋਡ ਹੈਗੀ ਅਲੋਂਗ ਦਾ ਜ਼ੀਰੋ ਚੌਥੀ ਵਾਲਾ ਤੇ ਦੂਸਰੀ ਵਾਲਾ ਕੇਸ ਸੇਮ ਹੋ ਜਾਣਾ ਉਹ ਇਹ ਆਨਸਰ ਆ ਗਿਆ ਠੀਕ ਹੈ ਇਦਾਂ ਹੀ ਵਾਈ ਐਕਸਿਸ ਵੱਲ ਵੀ ਸੇਮ ਕੇਸ ਰਹਿਣਾ ਤੋ ਵਾਈ ਵਾਲਾ ਵੀ ਸਪਿੰਟਰੀ ਕਰਕੇ ਸੇਮ ਆਣਾ ਠੀਕ ਹੈ ਇਹ ਜਿਹੜੀਆਂ ਚਾਰ ਰੋਡਸ ਹੈ ਨਾ ਇਹਨਾਂ ਨੇ ਮਿਲ ਕੇ ਕੀ ਹੈ ਸਕੁਏਅਰ ਬਣਾ ਲਿਆ ਸਕੁਏਅਰ ਟੂ ਡਾਇਮੈਂਸ਼ਨਲ ਬੋਡੀ ਹੁੰਦੀ ਹੈ ਨਾ ਤੇ ਉਹਨੇ ਜ਼ੈਡ ਐਕਸਿਸ ਬਾਰੇ ਵੀ ਪੁੱਛਿਆ ਹੁਣ ਜ਼ੈਡ ਐਕਸਿਸ ਇਸ ਸਕੁਏਅਰ ਦੇ ਕੀ ਹੈ ਪਰਪੈਂਡੀਕੁਲਰ ਤੇ ਜਦ ਕਿ ਐਕਸ ਔਰ ਵਾਈ ਦੋਨੋਂ ਇਹਦੀਆਂ ਪਲੇਨ ਚ ਲਾਈ ਕਰ ਰਹੇ ਹਨ ਤਾਂ ਹੁਣ ਪਰਪੈਂਡੀਕੁਲਰ ਐਕਸਿਸ ਥਿਓਰਮ ਆ ਗਈ ਪਰਪੈਂਡੀਕੁਲਰ ਐਕਸਿਸ ਥਿਓਰਮ ਦੇ ਅਕੋਰਡਿੰਗਲੀ ਜਿਹੜੀ ਐਕਸਿਸ ਪਲੇਨ ਲੈਮਿਨਾ ਦੇ ਪਰਪੈਂਡੀਕੁਲਰ ਹੋਏ ਉਹਦਾ ਮੂਵਮੈਂਟ ਆਫ ਇਨਰਸ਼ੀਆ ਕਿਹਦੇ ਬਰਾਬਰ ਹੁੰਦਾ ਜਿਹੜੀਆਂ ਦੋ ਪਰਪੈਂਡੀਕੁਲਰ ਲਾਈਨਸ ਉਹਦੇ ਪਲੇਨ ਚ ਹੁੰਦੀਆਂ ਉਹਨਾਂ ਦੇ ਸਮ ਦੇ ਬਰਾਬਰ ਉਹ ਮੈਂ ਇਦਾਂ ਦੇਖ ਸਕਦਾ ਅੱਛਾ ਲਾਸਟ 6th ਦੇਖੋ ਪੁੱਤਰ 6th ਨੂੰ ਦੇਖਣ ਤੋਂ ਪਹਿਲਾਂ ਜਿਹੜੀ ਟਰਮ ਰਹਿ ਗਈ ਹੈ ਹੈਡਿੰਗ ਲਿਖ ਲਓ ਰੇਡੀਅਸ ਆਫ ਜਾਇਰੇਸ਼ਨ ਅਗਰ ਤੁਹਾਡੇ ਕੋਲ ਗੱਲ ਜਿਹੜੀ ਬੇਸਿਕ ਫੰਡਾ ਉਹ ਕੀ ਹੈ ਰੇਡੀਅਸ ਆਫ ਜਾਇਰੇਸ਼ਨ ਦਾ ਕਿ ਅਗਰ ਤੁਹਾਡੇ ਕੋਲ ਇੱਕ ਸਿਸਟਮ ਹੈ ਉਹ ਸਿਸਟਮ ਡਿਸਕ੍ਰੀਟ ਪਾਰਟੀਕਲਸ ਦਾ ਵੀ ਬਣਿਆ ਹੋ ਸਕਦਾ ਤੇ ਕੰਟੀਨਿਊਸ ਦਾ ਵੀ ਜਿੱਦਾਂ ਦਾ ਮਰਜ਼ੀ ਹੋਏ ਕਿਆ ਤੁਸੀਂ ਇਸ ਸਿਸਟਮ ਦਾ ਇਸ ਐਕਸਿਸ ਦੇ ਅਬਾਊਟ ਮੂਵਮੈਂਟ ਆਫ ਇਨਰਸ਼ੀਆ ਨਿਕਾਲ ਸਕਦੇ ਆ ਆਨਸਰ ਆਏਗਾ ਯੈਸ ਕੁਛ ਤਾਂ ਅਸੀਂ ਡਿਰਾਈਵ ਕਰਦੇ ਹਾਂ ਕੁਛ ਡਾਇਰੈਕਟ ਯਾਦ ਕੀਤੇ ਹੋਏ ਤੋ ਇਹਦਾ ਮਤਲਬ ਅਸੀਂ ਇੱਥੇ ਕਹਿੰਦੇ ਹਾਂ ਕਿਸੇ ਵੀ ਸਿਸਟਮ ਦਾ ਕਿਸੇ ਵੀ ਐਕਸਿਸ ਦੇ ਅਬਾਊਟ ਮੂਵਮੈਂਟ ਆਫ ਇਨਰਸ਼ੀਆ ਪਤਾ ਕੀਤਾ ਜਾ ਸਕਦਾ ਵਾ ਬਿਨਾਂ ਸ਼ੱਕ
तो मान लो आ सिस्टम है इसका एक्सिस दे अबाउट मोमेंट ऑफ इनर्शिया आई है, ठीक है। हुन अगर मैं कोई कहे कि आपा इस सिस्टम का की पता करना है रेडियस ऑफ जायरेशन, तो रेडियस ऑफ जायरेशन है कि हले हम थोड़ा जा साइड दे रख के एक ये भी लपड़ा कितना हुआ बस है कि हम दिमाग चो कट दे, तो उदा तरीका ये है जिस भी सिस्टम का जिस एक्सिस दे अबाउट रेडियस ऑफ जायरेशन निकालना वा सब तो पहला की करो उस सिस्टम का उस एक्सिस दे अबाउट मूवमेंट ऑफ इनर्शिया लभ लो, लभ लिया जिन्ना भी होएगा हम मैं दसदा हूं ही पता लगेगा तो वो आई है। तब उस तो बाद की करो पुत उस आई नू सिस्टम दे मास नाल रिप्रेजेंट कर दो आई इज इक्वल टू एम, पर उस तो बाद की लिखना उसको बाद अपा लिखना वा रेडियस ऑफ जायरेशन दा स्क्वायर, तो एदा मतलब रेडियस ऑफ जायरेशन कितना लपया जा सकता रेडियस ऑफ जायरेशन ली दो चीजां की पता होनिया चाहिदियां ते दूजा सिस्टम दा मास ते सिस्टम दा मोमेंट ऑफ इनर्शिया। हुन क्वेश्चन नंबर 6 ते आओ पहला बाद चो फिर आपको ये स्टेटमेंट लिख लेंगे। क्वेश्चन नंबर 6 की लपड़ा बोलो तुसी केदा सॉलिड दे यूनिफॉर्म स्फीयर का लपड़ा केडी एक्सिस दे अबाउट कुछ दसिया अबाउट इट्स टेंजेंट दसिया भाई जा थोड़ी रे बिना एक्सिस और रोटेशन बोले तुसी को कोई मूवमेंट ऑफ इनर्शिया लिख दियो तो ओदे दा मल्टीपल आंसर्स है वो नहीं हो सकता तो दसिया होया टॉर्क एंगुलर मोमेंटम मोमेंट ऑफ इनर्शिया जब तक एक्सिस ऑफ रोटेशन डिफाइन नहीं करांगे एक्सप्रेस नहीं करांगे वो मीनिंगलेस आंसर है वो टेंजेंट दे अबाउट हुन आ जाओ इन इतना ही छोड़ दियो दो तीन लाइनें दे नीचे छोड़ दियो ओदे ते फिर कंप्लीट कर लांगे आ देखो आ गया पुत मेरा स्फीयर ਜੇ ਸੈਂਟ੍ਰੋਇਡਲ ਐਕਸਿਸ ਹੁੰਦੀ ਤਾਂ ਮੈਂ ਬੜੇ ਆਰਾਮ ਨਾਲ ਆਈ ਸੀ ਕੀ ਲਿਖਣਾ ਸੀ 2/5 ਐਮ ਆਰ ਸਕੁਅਰ, ਪਰ ਉਹਨੇ ਤਾਂ ਕਿਹਾ ਵਾ ਇਸ ਸਫੀਅਰ ਦਾ ਰੇਡੀਅਸ ਆਫ ਜਾਇਰੇਸ਼ਨ ਨਿਕਾਲਣਾ ਕਿਹੜੀ ਐਕਸਿਸ ਦੇ ਅਬਾਊਟ ਟੈਂਜੈਂਟ। ਹੁਣ ਸਫੀਅਰ ਦਾ ਜਿਹੜਾ ਟੈਂਜੈਂਟ ਹੈ ਉਹ ਹਮੇਸ਼ਾ ਸੈਂਟ੍ਰੋਇਡਲ ਦੇ ਪੈਰਲਲ ਹੋਣਾ, ਇਹਦਾ ਮਤਲਬ ਪਹਿਲਾਂ ਆਪਾਂ ਜੇ ਸੈਕਸਿਸ ਦੇ ਅਬਾਊਟ ਕੀ ਕੱਢੀਏ ਮੂਵਮੈਂਟ ਆਫ ਇਨਰਸ਼ੀਆ ਕਿਹਦੇ ਬਰਾਬਰ ਪੈਰਲਲ ਐਕਸਿਸ ਥਿਓਰਮ ਲਗਾਈਏ ਕਿੰਨੀ ਆਈ ਸੀ ਪਲੱਸ ਐਮ ਆਰ ਯੂ ਹੈ ਨਾ ਬੋਲੇ 7/5 ਐਮ ਆਰ ਹੁਣ ਆਈ ਪਤਾ ਲੱਗ ਗਿਆ ਉੱਥੇ ਪੁੱਟ ਕਰੋ ਆਈ ਦੀ ਜਗ੍ਹਾ ਕੀ ਕਰੋ 7/5 एम आर स्क्वायर नीचे की आना एम 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 कटे गए रह की गया रूट 7/5 इनटू आर आर बाहर कर लो ना
वो रेडियस ऑफ जाइरेशन। तो किसी भी सिस्टम का रेडियस ऑफ जाइरेशन कितना निकालना तुसी? पहला उस सिस्टम का उस एक्सिस दे अबाउट मोमेंट ऑफ इनर्शिया नोट करना, फिर सिस्टम का मास ए इज इक्वल टू अंडर रूट आई बाय एम बना दे। पता लग गया होना, दूसरा पार्ट लिया था कोई है? तो फिर इतने पर तो हॉलो, अगर ये हॉलो होएगा अपने आप कर लियो, अगर ये हॉलो होएगा तो 2/3 हो जाना। आ एक्सिस 2/3 प्लस एम आर स्क्वायर 5/3 आ जाना, तो इतने 5/3 एम आर स्क्वायर आजू। अच्छा तो रेडियस ऑफ जाइरेशन की डेफिनेशन लिख लो, तो ये दो लाइनें क्या है छोड़ देंगे। इट इज ए परपेंडिकुलर डिस्टेंस, रेडियस ऑफ जाइरेशन बारे दिखा रहे हैं। इट इज ए परपेंडिकुलर डिस्टेंस फ्रॉम द एक्सिस ऑफ रोटेशन whose square is when multiplied with mass of the system, then moment of inertia of the system is obtained about the given axis. इसका मतलब उल्ट की समझना को तो देखो, जितना हम सपोज करो मैं तुम्हें कहना एक सिस्टम है उसका मास है 5 kg, देखी लो तो मेरी गल नाले गल बन जाने, ए सिस्टम इज हैविंग मास ऑफ 5 kg एंड its radius of gyration about given axis is 50 cm. find its moment of inertia about the given axis. Kada formula laoge? I is equal to mk square lao. M kitna deta? 5 kg. K kitna deta? 50 cm, half meter kar lo. To I kitna aa gaya? 5/4 kg square meter. Hai na?
मीन्स रेडियस ऑफ जायरेशन निकालने लई मोमेंट ऑफ इनर्शिया पता होना चाहिदा ते जे रेडियस ऑफ जायरेशन गिवन होए तो मोमेंट ऑफ इनर्शिया निकल सकदा फार्मूला केड़ा वा I is equal to जेड़ा मर्जी सिस्टम होए जेड़ी मर्जी एक्सिस होए तो ये गल बड़ी क्लियर है एसआई यूनिट की वजह दा मीटर रेडियस ऑफ जायरेशन मीटर आ जाए बेसिकली ये स्केलर क्वांटिटी है स्केलर क्वांटिटी ठीक है मोमेंट ऑफ इनर्शिया मोमेंट ऑफ इनर्शिया ऑफ मोमेंट ऑफ इनर्शिया ऑफ ए रॉड अबाउट एन एक्सिस passing through its center of mass and normal to its length हाँ देखो पुत्र जिन्हें नु करवाया स्कूल जो आ कर ले हो बाकी छट सकते हो चॉइस है ना तुहाडे पर इहदे नाल एक गल समझ आ जानी है कि कंटीन्यूअस सिस्टम का मूवमेंट ऑफ इनर्शिया कितना गड्डी दा आ देखो सारे समझो इधर सब तो पहला बना लो रॉड बना ली मास एम है लेंथ एल है फिर की ड्रॉ करो एक कितनी लंबी चाहिए और मास डिस्ट्रीब्यूशन यूनिफॉर्म है तो ज्योमेट्रिकल सेंटर तो एक्सिस ऑफ ये सेंट्रोइडल एक्सिस होगी ना नॉर्मल टू इट्स लेंथ ठीक है अच्छा जेडी रॉड है ना कुछ वन डायमेंशनल है ये आपा ज़ूम कर लेनी है ये एक्स एक्सिस से लॉन्ग है मान ली बना जो देखो रॉड का दी बनी हुई है स्मॉल एलिमेंट्स दी जितने भी कंटिन्यूअस सिस्टम आ गया कादा बने होया स्मॉल एलिमेंट तो आ एक स्मॉल एलिमेंट बनाता उन्हें स्मॉल एलिमेंट एक्सिस ऑफ रोटेशन तो कुछ दूर है कितना दूर है एक्स क्यों गया क्योंकि अलोंग एक्स एक्सिस जे वाई होती ना y कह देना अच्छा स्मॉल एलिमेंट की लेंथ कितनी लेनी dx है ना dx क्यों लई अलोंग x एक्सिस है जे अलोंग y हुंदा ता समझ गए ना गल मास भी dm होएगा अच्छा जितने कुत वन डायमेंशनल मास डिस्ट्रीब्यूशन होए ओके असी टर्म यूज करते हैं लीनियर मास डेंसिटी के बराबर
मास पर यूनिट लेंथ याद रखनी है पढ़नी है समझनी है तो स्मॉल एलिमेंट का मास कितना लेंथ कितनी इहदा मतलब आप डीएम की जगह की लिख सकते हैं लैम्डा इनटू डीएक्स पर एक गल और समझ लो क्योंकि बिकॉज मास डिस्ट्रीब्यूशन इज यूनिफॉर्म है देयरफॉर इस करके ना असी लैम्डा नू टोटल मास ओवर टोटल लेंथ भी लिख सकते हैं दोनों ऑप्शन लिखनी है लिख ली है दोनों इक्वेट हो सकती हैं हो सकती हैं इसका मतलब मेरे को आ गया सुना जो फाइंड आउट की करना पुत्र रॉड का तो रॉड कादी बनी हुई है स्मॉल एलिमेंट्स दी तो हर एलिमेंट स्मॉल वो एक पॉइंट दी तरह है तो एक पॉइंट का मोमेंट ऑफ इनर्शिया कितना मिटी दा पा पॉइंट का मास ते पॉइंट का परपेंडिकुलर डिस्टेंस दा स्फीयर साडा जेड़ा इथे पॉइंट है वो कौन है स्मॉल एलिमेंट ओदा मास कितना ओदा परपेंडिकुलर डिस्टेंस x है ओदा स्फीयर तो इस स्मॉल एलिमेंट का मोमेंट ऑफ इनर्शिया आया di ते पूरा निकालन लई अच्छा पहला dm में तो पुट करते हो एक स्टेप बोर बना लो एटी केडी गल m/l आ dx है पुत्र आ x स्क्वायर है तो x स्क्वायर प्रेफर करो पहला लिख लिए dx बाद में लिख लो ठीक है बस कहानी खत्म हो गई हूं टोटल की आना पुत्र तुम्हारे लिए आ गया बस आंसर लो आ डेरिवेशन खत्म लिमिट्स लेनी है पैनी हां बड़े तो देखियो पुत्र इंटीग्रेशन करने का मतलब पता की है वी इने वर्गे सारे छोटे एलिमेंट्स कंसीडर करो ਹੁਣ ਰੋਡ ਕੀ ਬਣੀ ਹੋਈ ਹੈ ਇਦਾਂ ਦੇ ਇਸ ਐਂਡ ਤੋਂ ਲੈ ਕੇ ਇਸ ਐਂਡ ਤੱਕ ਦੇ ਛੋਟੇ ਛੋਟੇ ਐਲੀਮੈਂਟਸ ਹੁਣ ਜਿਹੜਾ ਐਲੀਮੈਂਟ ਇੱਧਰ ਹੋਏਗਾ ਇਹ ਕਿੰਨਾ ਦੂਰ ਹੈ ਇਹਦਾ ਐਕਸ ਹੋਏਗਾ ਮਾਈਨਸ ਐਲ ਬਾਈ ਟੂ ਮਾਈਨਸ ਕਿਉਂ ਲੈਫਟ ਵੱਲ ਇਹਦਾ ਐਕਸ ਇੱਥੇ ਲਿਮਿਟ ਕੀ ਆ ਜਾਣੀ ਕਰ ਲੂੰਗੇ ਸੋਲਵ होमवर्क हो गया तो अच्छा हम गल सुनो घबराइयो ना देखो इधर वैसे तो पैरेलल एक्सिस थ्योरम भी लग जानी है बट अगर वो कहे भाई मूवमेंट ऑफ इनर्शिया रॉड दा निकालो अबाउट एन एक्सिस पासिंग थ्रू इट्स वन एंड नॉर्मल टू इट्स लेंथ आ वाले इन सारा कुछ इतने करना बस आईडिया एक्सिस है इन इथे ड्रा कर देना है जब इन इथे ड्रा करता कुछ तो जेड़ा आ एलिमेंट है ओदी दूरी किथों लेनी है एक्सिस को लेनी हो एक्सिस दा शो हो जाना डायग्राम एदा बने अ
अच्छा इन वो कहना ना तो बाकी सब कुछ इधर चलना लिमिट्स की आ जानी है क्योंकि हुन एक्सिस कितने है एंड दे एक एंड दे तो हुन आ जरा एलिमेंट है इधर एक्स की बन जाना जीरो और इधर एल बन जाना तो लिमिट्स जीरो तो एल करम दे नाल यही रिजल्ट के डी एक्सिस दे अबाउट आ जाना एंड वाली एक्सिस दे तो जे लिमिट्स माइनस एल बाय टू प्लस एल बाय टू है तो सेंट्रोइड है वो बस इन्हीं अभी दो छोटे छोटे आर्टिकल कर लो फटाफट ऐसा समझ आ गई है उन लिखो मोमेंट ऑफ इनर्शिया मोमेंट ऑफ इनर्शिया ऑफ ए सर्कुलर रिंग अबाउट एन एक्सिस About an axis passing through its center of mass and normal to its plane. तो आ बन गया सर्कल. उत्तर गाल हो गई है ना सिलेबस नहीं है डेरिवेशन नहीं है रिजल्ट है साफ साफ लिख गया सीबीएसई ने पर फिर भी चलो क्योंकि इंटरनल एग्जाम है ना इस करके गड़बड़ बहुत कर दे देख लियो स्कूल टू स्कूल वेरी करना आ देखियो कौन है ये तो एक स्टेप है ये गल टोटल मास एम है तो टोटल रेडियस रेडियस का टोटल ही रहना आर है आ एक्सिस ऑफ रोटेशन है अच्छा रॉड भी की है वायर ही है तार नु इतना सर्कल च देता सर्कल है ना रिंग बन गई हुन ये जड़ी सर्कुलर रिंग है इहदे विच आपां इहदा स्मॉल एलिमेंट है इतना शो करता है थोड़ा जिहा डार्क करता इहदा मास की लेना पुत्त डीएम हुन ज्यादा इत्थे चक्कर च नहीं पैण दी लोड़ इत्थे की है ये पॉइंट ही है ना एक तरह का इधर परपेंडिकुलर डिस्टेंस कितना आर ही है तो आर स्क्वायर बीटा तो ये डीआई आ गया पे जे आप इन टोटल घटना इंटीग्रेट कर दियो लो हुन समझने वाली गल की है देखो डीएम जिथे मर्जी लेके देखो ओदा एक्सिस तो डिस्टेंस आर है तो आर कांस्टेंट है जड़ी टर्म कांस्टेंट है ओनु बाहर कढो ਆ ਬਣ ਗਿਆ ਨਾ ਡੀਐਮ ਇਹਦਾ ਕੀ ਮਤਲਬ ਹੁੰਦਾ ਟੋਟਲ ਮਾਸ ਡੀਐਮ ਨੂੰ ਇੰਟੀਗ੍ਰੇਟ ਕਰਨ ਦਾ ਮਤਲਬ ਰਿੰਗ ਦੇ ਉੱਪਰ ਜਿੰਨੇ ਵੀ ਐਲੀਮੈਂਟਸ ਹੈ ਉਹਨਾਂ ਨੂੰ ਮਿਲਾ ਕੇ ਟੋਟਲ ਕਰ ਦਿਓ ਮਾਸ ਉਹ ਤਾਂ ਰਿੰਗ ਹੀ ਬਣ ਗਈ ਰਿੰਗ ਦਾ ਮਾਸ ਕਿੰਨਾ ਪੁੱਤ ਲਓ ਆ ਬਣ ਗਿਆ ਇਹ ਤਾਂ ਆਣਾ ਨਹੀਂ ਪੇਪਰ ਚ ਜੋ ਆਣਾ ਨਾ ਆ ਸਕਦਾ ਉਹ ਡਿਸਕ ਹੈ ਡਿਸਕ ਦੇ ਅੰਦਰ
ਤੁਹਾਡੇ ਨਹੀਂ ਆਣਾ ਇਹ ਤੁਹਾਨੂੰ ਕਰਾਇਆ ਨਹੀਂ ਹਾਲੇ ਕੱਲ ਗ੍ਰੈਵੀਟੇਸ਼ਨ ਹੋਣਾ ਸੈਟਰਡੇ ਨੂੰ ਹੋਣਾ ਵਾ ਇਹਦੇ ਨੁਮੈਰੀਕਲਸ ਰੋਟੇਸ਼ਨ ਦੇ ਜਿਹੜੇ ਦੋ ਤਿੰਨ ਟੋਪਿਕ ਰਹਿੰਦੇ ਨਾ ਉਹ ਵਾਲੇ ਹੈ ਉਹ ਪਰਸੋਂ ਲਗਾਉਣਾ ਕੱਲ੍ਹ ਨੂੰ ਗ੍ਰੈਵੀਟੇਸ਼ਨ ਸ਼ੁਰੂ ਕਰਾ ਕੇ ਨਾ ਫਿਰ ਖਤਮ ਕਰਾਂਗੇ ਉਹਦਾ ਬੇਸ ਨਹੀਂ ਨਾ ਪਤਾ ਸਾਨੂੰ ਲਿਖੋ ਮੂਵਮੈਂਟ ਆਫ ਇਨਰਸ਼ੀਆ ਆਫ ਮੂਵਮੈਂਟ ਆਫ ਇਨਰਸ਼ੀਆ ਆਫ ਇਹ ਸਰਕੂਲਰ ਡਿਸਕ ਅਬਾਊਟ ਸਰਕੂਲਰ ਡਿਸਕ ਅਬਾਊਟ ਐਨ ਐਕਸਿਸ ਅਬਾਊਟ ਐਨ ਐਕਸਿਸ ਪਾਸਿੰਗ ਥਰੂ ਇਟਸ ਸੈਂਟਰ ਆਫ ਮਾਸ ਪਾਸਿੰਗ ਥਰੂ ਇਟਸ ਸੈਂਟਰ ਆਫ ਮਾਸ and normal to its plane kal aa jayi hun cha hun keda moment of inertia nikalna hai pa disk da hai na hun dekho but aa dekhiyo ਹੁਣ ਆਪਾਂ ਇੱਥੇ ਕਿੱਦਾਂ ਇਮੈਜਿਨ ਕੀ ਕਰਨਾ ਆ ਹੈ ਰਿੰਗ ਆ ਰਿੰਗ ਹੈ ਇਹਦਾ ਰੇਡੀਅਸ ਵੀ ਹੈ ਥੋੜ੍ਹੀ ਮੋਟਾਈ ਵੀ ਹੈ ਹੁਣ ਰਿੰਗ ਦੇ ਉੱਪਰ ਮੈਂ ਥੋੜ੍ਹੀ ਵੱਡੀ ਰਿੰਗ ਲਗਾ ਤੀ ਇੱਦਾਂ ਉਹਦੇ ਉੱਪਰ ਹੋਰ ਵੱਡੀ ਹੋਰ ਵੱਡੀ ਤਾਂ ਬਹੁਤ ਸਾਰੀਆਂ ਰਿੰਗਸ ਨੂੰ ਮਿਲਾ ਕੇ ਕੀ ਬਣ ਜਾਣੀ ਡਿਸਕ ਬਣ ਜਾਣੀ ਨਾ ਪਰ ਉਹ ਰਿੰਗਸ ਸਾਰਿਆਂ ਦਾ ਸੈਂਟਰ ਕੀ ਹੋਣਾ ਸੇਮ ਕੰਸੈਂਟ੍ਰਿਕ ਸਾਰਿਆਂ ਦਾ ਰੇਡੀਅਸ ਕੀ ਹੋਣਾ ਰਿੰਗਸ ਦਾ ਡਿਫਰੈਂਟ ਸੇਮ ਨਹੀਂ ਹੋਣਾ ਤੋ ਜਿਹੜੀ ਸੈਂਟਰ ਵਾਲੀ ਹੈ ਉਹਦਾ ਰੇਡੀਅਸ ਤਾਂ ਆਲਮੋਸਟ ਜ਼ੀਰੋ ਹੀ ਹੋਣਾ ਜ਼ੀਰੋ ਹੀ ਹੋਣਾ ਤੇ ਜਿਹੜੀ ਸਭ ਤੋਂ ਵੱਡੀ ਹੈ ਉਹਦਾ ਰੇਡੀਅਸ ਡਿਸਕ ਵਾਲਾ ਹੋਣਾ ਤੋ ਲਿਖੋ ਪਹਿਲਾਂ ਡਰਾਇੰਗ ਕਰ ਲਓ ਆ ਲਓ ਇਹ ਆ ਬੇਟਾ ਡਿਸਕ ਆ ਗਈ ਡਿਸਕ ਇਹ ਜਿਹੜੀ ਡਿਸਕ ਹੈ ਸਾਰੀ ਇਹ ਤਾਂ ਭਰੀ ਹੋਈ ਹੈ ਨਾ ਪਰ ਆਪਾਂ ਨਹੀਂ ਭਰਨੀ ਤਾਂ ਕਿ ਡਾਇਗ੍ਰਾਮ ਕਲੀਅਰ ਹੋ ਜਾਏ ਆ ਇਸਦਾ ਸੈਂਟਰ ਆਫ ਮਾਸ ਹੈ ਔਰ ਆ ਕਿਹੜੀ ਐਕਸਿਸ ਹੈ ਡਿਸਕ ਦੀ ਸੈਂਟਰੋਇਡਲ ਐਕਸਿਸ ਲਿਖ ਲਓ ਹੁਣ ਇਹ ਡਿਸਕ ਬਣੀ ਕਾਹਦੀ ਹੋਈ ਹੈ ਪੁੱਤ ਨੰਬਰ ਆਫ ਕੰਸੈਂਟ੍ਰਿਕ ਰਿੰਗਸ ਦੀ ਤੋਂ ਇੱਥੇ ਹਰ ਕੰਸੈਂਟ੍ਰਿਕ ਰਿੰਗ ਜਿਹੜੀ ਹੈ ਉਹਦੇ ਤੋਂ ਕਿਸੇ ਇੱਕ ਨੂੰ ਵੀ ਕੀ ਮੰਨ ਲੈਣਾ ਐਲੀਮੈਂਟ ਸਮਾਲ ਐਲੀਮੈਂਟ ਛੋਟਾ ਹਿੱਸਾ ਜਿਹਨਾਂ ਨੂੰ ਮਿਲ ਕੇ ਬਣੀ ਹੈ ਮਤਲਬ ਵਾਇਰ ਦੇ ਜਾਂ ਰੋਡ ਦੇ ਕੇਸ 'ਚ ਸਮਾਲ ਐਲੀਮੈਂਟ ਕੀ ਸੀਗਾ ਲਾਈਨ ਦੀ ਫੋਰਮ ਛੋਟਾ ਜਿਹਾ ਇਹਦੇ ਵਿੱਚ ਕੀ ਹੈ ਡਿਸਕ ਦੇ ਕੇਸ 'ਚ ਸਰਕੂਲਰ ਰਿੰਗ ਹੈ ਆਪਾਂ ਇੱਕ ਰਿੰਗ ਹਾਈਲਾਈਟ ਕਰਨ ਲੱਗਾ ਮੈਂ ਆ ਮੈਂ ਲਾਲ ਰੰਗ ਦੇ ਨਾਲ ਰਿੰਗ ਹਾਈਲਾਈਟ ਕਰਤੀ ਪਰ ਧਿਆਨ ਪਤਾ ਕੀ ਰੱਖਣਾ ਇੱਧਰ ਦੇਖੋ ਪੁੱਤ ਰਿੰਗ ਨੂੰ
थोड़ी मोटाई दे के, थोड़ी मोटाई दे के शुरू करना। तो रिंग का रेडियस, अपना रेडियस है स्मॉल आर, जिहड़ी रिंग असी स्मॉल एलिमेंट है, और इस रिंग की मोटाई कितनी है डी आर, रिंग का मास कितना वा डी एम, है ना। इतने लिख देना डायग्राम च, लिख दो एलीमेंट्री रिंग, ताकि आपां नूं ज्यादा लिखन की लोड़ ना पे, एलीमेंट्री रिंग है ना। देखो सब तो पहला आप करते होंगे स्मॉल एलीमेंट का मूवमेंट ऑफ इनर्शिया निकाल दें। तो मूवमेंट ऑफ इनर्शिया ऑफ स्मॉल एलीमेंट कितना निकलेगा पुत, क्योंकि स्मॉल एलीमेंट हूँ पॉइंट नहीं है, रिंग है, रिंग की फॉर्म च है। तो आई लाल रिंग है ना, मास कितना डी एम है, इसका रेडियस रिंग स्मॉल आर, और जिहड़ी एक्सिस है ओ इस लाल रंग दी रिंग दे की है सेंटर ऑफ मास चो लंघ रही है, ते प्लेन दे ओदा फार्मूला आपां हुणी कढ़िया की हुंदा, मास इनटू स्क्वायर ऑफ रेडियस। तो इत्थे भी ओही लग जाणा, मास इत्थे उपर लिख लई ओ मूवमेंट ऑफ इनर्शिया ऑफ एलीमेंट्री रिंग, मास इनटू स्क्वायर ऑफ रेडियस आ गया। अगर थोड़ी मोटाई दी रिंग होए तो उन्हें रिंग नूं कट दईए, तो खिचीए तो एक लंबी स्ट्रिप बन जानी, पट्टी बन जानी, हो तो पट्टी दी चौड़ाई कितनी होनी डी आर, ते लंबाई कितनी होनी आर, क्यों टू पाई आर सरकमफेरेंस, तो पट्टी का एरिया कितना होना टू पाई आर इंटू 2 पाई आर इंटू डी आर, पट्टी की बनी रेक्टेंगुलर स्ट्रिप बन गई, उसकी चौड़ाई डी आर है, लंबाई 2 पाई आर, तो मल्टीप्लाई कर दो लेंथ इंटू ब्रेथ। सो हुण इत्थे ध्यान की रखी दा पुत, देखो क्योंकि डिस्क टू डायमेंशनल है, तो सरफेस मास डेंसिटी लिखन का एक तरीका की है बेसिक, जिहड़ा स्मॉल एलीमेंट है उसके मास एरिया नाल, हुण एरिया कितना है इहदा, एरिया पता किहड़ा लेना, आ नहीं एरिया लैण लगना पाई आर स्क्वेयर, आ वाला शेडेड वाला एरिया लेना, यह कितना दसिया सी एंड फॉर यूनिफॉर्म distribution of mass
ਆਈ ਨੂੰ ਟੋਟਲ ਮਾਸ ਓਵਰ ਟੋਟਲ ਏਰੀਆ ਆਫ ਡਿਸਕ ਵੀ ਲੈ ਸਕਦਾ। ਸੋ ਦੋਨਾਂ ਨੂੰ ਇਕੁਏਟ ਕਰ ਲਓ, ਕੁਛ ਬਸ ਖਤਮ ਹੋ ਗਈ ਗੱਲ। ਪਾਈ ਪਾਈ ਕੱਟਿਆ ਗਿਆ, ਸੋ ਡੀ ਐਮ ਦੀ ਵੈਲਿਊ ਕਿੰਨੀ ਆਏਗੀ? ਟੂ ਐਮ ਆਰ ਡੀ ਆਰ ਬਾਏ ਆਰ ਸਕੁਅਰ। ਉਹ ਵੈਲਿਊ ਇੱਥੇ ਲਿਆ ਕੇ ਪੁੱਟ ਕਰ ਦੇਣੀ, ਡੀ ਆਈ ਬਣ ਗਿਆ ਟੂ ਐਮ ਆਰ ਸਕੁਅਰ ਆਰ ਕਿਊਬ ਡੀ ਆਰ। ਤੇ ਟੋਟਲ ਮੂਵਮੈਂਟ ਆਫ ਇਨਰਸ਼ੀਆ ਇੰਟੀਗ੍ਰੇਟ ਕਰਕੇ ਆਏਗਾ। ਲਿਮਿਟਸ ਕੀ ਲੈਣੀ ਆ? ਸਭ ਤੋਂ ਛੋਟੀ ਔਰ ਸਭ ਤੋਂ ਵੱਡੀ ਰਿੰਗ ਕੈਪੀਟਲ ਆਰ ਰੇਡੀਅਸ ਵੀ ਹੋਣੀ ਹੈ ਨਾ, ਹਾਫ ਐਮ ਆਰ ਸਕੁਅਰ ਬਣ ਜਾਣਾ ਤੁਹਾਡਾ ਆਨਸਰ ਹੈ ਨਾ।
क्रॉस प्रोडक्ट है ना, तो आर वन वन जीरो टू माइनस वन टू, ठीक है बता दो। अच्छा ये देखो तो आपका सैटरडे नो तेरा पेपर है ना, कब को नो नहीं तू कल लाना तो तू सैटरडे आई जरूर आना। अच्छा सैटरडे नो दो असाइनमेंट्स और मिलनी है, तो ये देखिए तीन क्वेश्चन है पिछली वाली जो भी तीन ना छह चार क्वेश्चन उधर पे है वो कवर करने हैं अपन सैटरडे को, पर कल और परसों ग्रेविटेशन ही होना, परसों स्पेशल क्लास भी होगी, ठीक है ओके। अच्छा तो आज तक क्वाड्रेटिक है ना, ग्रेविटेशन क्वाड्रे है ना, ये तो ये ग्रेविटेशन है कि है ग्रेविटेशन है नहीं है नहीं क्वाड्रे जिन्हें देगा वो उन्होंने सवेरे बुला के दो घंटे संडे में भी इतने करा भी दे कवर कर, बाकी यहाँ नाल रिपीट होएगा दोबारा, ये ना समझियो कि ग्रेविटेशन हो जाना दोबारा भी करा दो। तो इतने रुक जाने आज पहला डेरिवेशंस ज़्यादा होनी है सी मोर बेसिकली ना एमसीक्यू आ रहे हैं, तो डेरिवेशन से थ्योरी दी परसेंटेज थोड़ी घट गई पर